ਕਵਲਾ ਵੇਖ ਫੁੱਲ ਕਿੰਨੇ ਸੋਹਣੇ ਨਾ, ਇਹਨੂੰ ਭਲਾ ਕੀ ਆਂਦੇ ਆ? ਕੀ ਕਹਿੰਦੇ? ਕਹਿਣ ਦਾ ਤੇ ਇਹਨਾਂ ਨੂੰ ਕੀ ਆ ਉਹ ਤੇ ਪਤਾ ਨਹੀਂ, ਪਰ ਇਹ ਢੀ ਠੇਡੇ ਹੁੰਦੇ ਨੇ ਨਾ, ਜਿੰਨੇ ਮਰਜ਼ੀ ਇਹਨਾਂ ਨੂੰ ਵੱਢ ਲਓ ਟੁੱਕ ਲਓ, ਆਪਾਂ ਨਿੱਕੇ ਹੁੰਦੇ ਇਹਨਾਂ ਦੇ ਵਿੱਚੋਂ ਆ ਕੱਢ ਦਿੰਦੇ। ਇਹ ਭਲਾ ਕੀ ਹੁੰਦੇ ਆ? ਕੇਸਰ। ਇਹ ਥੋੜਾ ਕੇਸਰ ਵਾ, ਇਹ ਨਹੀਂ ਕੇਸਰ। ਜਾਗਾ ਜਿਹੜੇ ਵੀ ਫੁੱਲ ਦੇ ਵਿੱਚੋਂ ਆ ਚੀਜ਼ ਨਿਕਲਦੀ ਉਹਨੂੰ ਕੇਸਰ ਹੀ ਕਹਿੰਦਾ ਆ। ਨਹੀਂ ਨਹੀਂ, ਆ ਚੀਜ਼ ਨੂੰ ਬਾਉ ਜੀ ਕੇਸਰ ਪਤਾ ਕਿੰਨਾ ਮਹਿੰਗਾ ਹੁੰਦਾ, ਅਸਲੀ ਕੇਸਰ। ਕੇਸਰ ਦੇ ਬੂਟੇ ਆਪਣੇ ਘਰ ਲੱਗੇ ਹੈਗੇ ਆ, ਪਰ ਹੁਣ ਨਹੀਂ ਹੈਗੇ ਉਦੋਂ ਪੁੱਟ ਦਿੱਤੇ। ਮੈਂ ਤੁਹਾਨੂੰ ਪਤਾ ਕੀ ਦੱਸਣ ਲੱਗੀ ਸੀ, ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਤੇ ਏਦਾਂ ਏਦਾਂ ਫੁੱਲਾਂ ਨੂੰ ਤੋੜ ਕੇ ਤੇ ਆਖਣਾ ਮਹਿੰਦੀ ਲਾ ਲਈ ਆ, ਮਹਿੰਦੀ ਲਾ ਲਈ ਆ, ਵੇਖ ਮੇਰੀ ਮਹਿੰਦੀ। ਫਿਰ ਇਹੀਓ ਆਪਾਂ ਪਤਾ ਕੀ ਕਰਨਾ, ਲਾਲ ਕਰ ਕਰਕੇ ਕਰ ਕਰਕੇ ਮੁੜ ਕੇ ਇਤਰਾ ਲਾਉਣੀਆਂ ਗਲਾਲੀਆਂ। ਲਾਲੀਆਂ ਨੀ ਗਲਾਲੀਆਂ, ਏਦਾਂ ਲਾਲ ਹੋਈ ਨਹੀਂ, ਇਹ ਹੋਰ ਹੀ ਹੋ ਗਈ। ਕੀ ਹੋਈ? ਮੇਕਅਪ ਵਾਲੀਆਂ ਤੇ ਬਲਸ਼ਰ ਲਾਉਂਦੀਆਂ ਨਾ, ਤੇ ਅਸੀਂ ਆਖਣਾ ਹੁੰਦਾ ਨੀ ਵੇਖ ਲਾ ਮੈਂ ਹੁਣ ਹੀਰੋਇਨ ਬਣ ਗਈ। ਉਹ ਤੇ ਠੀਕ ਆ, ਪਰ ਮੈਨੂੰ ਇਹਨਾਂ ਫੁੱਲਾਂ ਵੇਖ ਕੇ ਨਾ ਉਹ ਯਾਦ ਆ ਗਈ ਪੁਰਾਣੀ, ਕਿ ਅਸੀਂ ਇੱਦਾਂ ਤੋੜ ਤੋੜ ਕੇ ਨਾ ਆਖਣਾ ਵੇਖਦੇ ਹਾਂ ਕਿਹਦਾ ਜ਼ਿਆਦਾ ਰੰਗ ਲਾਲ ਹੁੰਦਾ ਆ। ਫਿਰ ਆਖਣਾ ਨੀ ਤੇਰੀ ਸੱਸ ਦਾ ਪਿਆਰ ਘੱਟ ਵਾ, ਤੇਰੇ ਨਾਲ ਤੇਰੇ ਰੰਗ ਹੀ ਨਹੀਂ ਇੰਨਾ ਹੈਗਾ। ਇਹ ਤਾਂ ਲਾਲ ਨਹੀਂ ਨਾ, ਇੱਥੇ ਮੈਂ ਮਾਰਦਾ ਵਾ ਦਾਤੀ ਦੇ ਫੇਰ ਲਾਲ। ਆਹ ਸਾਡਾ ਪੁਰਾਣਾ ਘਰ ਆ ਜੀ, ਨਾਲੇ ਦੱਸ ਦਈਏ ਸਾਰਿਆਂ ਨੂੰ, ਇਹ ਸਾਡਾ ਆ ਮੇਰੇ ਪੇਕਿਆਂ ਦਾ ਪੁਰਾਣਾ ਘਰ। ਹੁਣ ਇੱਥੇ ਆਹ ਹੱਲ ਹੋ ਗਈ ਆ, ਪਹਿਲਾਂ ਇੱਥੇ ਦੋ ਕਮਰੇ ਹੁੰਦੇ ਸੀ, ਇੱਕ 'ਚ ਬਾਰਾ ਹੁੰਦਾ ਸੀ, ਬੜਾ ਸੋਹਣਾ ਵਿਹੜਾ ਹੁੰਦਾ ਸੀ, ਡੰਗਰਾਂ ਦਾ ਬਰਾਂਡਾ, ਕਿਚਨ, ਫਿਰ ਅੱਗੇ ਚੌਂਕਾ ਬਣਾਇਆ ਹੁੰਦਾ ਸੀ, ਅਤੇ ਇੱਕ ਬੈਠਕ ਹੁੰਦੀ ਸੀ ਆਉਣ ਜਾਣ ਵਾਸਤੇ ਇੱਥੇ, ਅਤੇ ਬੜਾ ਵਧੀਆ ਘਰ ਸਾਡਾ ਇਹ ਪਹਿਲਾਂ ਬਣਿਆ ਹੁੰਦਾ ਸੀ। ਹੁਣ ਸਾਡਾ ਘਰ ਨਵੇਂ ਥਾਂ 'ਤੇ ਬਣ ਗਿਆ ਵਾ, ਇੱਥੇ ਹੁਣ ਹੈ ਨਹੀਂ ਆ ਕੁਛ ਵੀ। ਆ ਜਾਓ, ਤੁਹਾਨੂੰ ਅੱਗੇ ਚਕੋਦਰੇ ਦਾ ਬੂਟਾ ਵਿਖਾਉਂਦੇ ਹਾਂ ਜੋ ਮੇਰੀ ਮੰਮੀ ਦੇ ਹੱਥਾਂ ਦਾ ਲੱਗਿਆ ਹੋਇਆ। ਪਤਾ ਨੀ ਉਦਣ ਦੀਦੀ ਤੇ ਪ੍ਰੀਤੀ ਕਿਹੜੇ ਰਾਹ ਥਾਣੀ ਲੰਘੀ ਆਉਂਦੀਆਂ ਹੈਗਾ ਸੀ, ਉੱਤੋਂ ਦੀ ਜਾਈਏ ਫਿਰ ਇਧਰੋਂ ਦੀ ਇੰਬਾ ਮਜੇ ਪੁਰਾਣੇ ਘਰਾਂ ਦੇ ਪਏ ਜਾਪ ਦੇਣਾ। ਇਹ ਫਿਰ ਉਹ ਜਦੋਂ ਢਾਏ ਸੀਗੇ ਘਰ, ਪਲਸਤਰ ਹੋਏ ਸੀ, ਬੜੇ ਵਧੀਆ ਲੈਂਟਰਾਂ ਵਾਲੇ ਕਮਰੇ ਸੀ ਨਾ, ਇੱਕ ਕਮਰਾ ਲੈਂਟਰ ਵਾਲਾ ਸੀ, ਦੋ ਬਾਲਿਆਂ ਵਾਲੇ ਸੀ, ਤੇ ਉਹ ਜਿਹੜਾ ਲੈਂਟਰ ਵਾਲਾ ਉਹਦੇ ਪਾਏ ਨੂੰ ਥੋੜਾ ਚਿਰ ਹੋਇਆ ਸੀ ਹਲੇ, ਬਾਅਦ ਚੋਂ ਛੇਤੀ ਫਿਰ ਡੈਡੀ ਦੀ ਡੈਥ ਹੋਣ ਕਰਕੇ ਤੇ ਮੁੜ ਕੇ ਵਸਦਿਆਂ ਦੇ ਘਰ ਹੁੰਦੇ ਆ ਨਾ। ਕਵਲ ਮੈਨੂੰ ਡਰ ਵੀ ਬੜਾ ਲੱਗਣ ਡਿਆ ਜੇ, ਹੈਂ ਕੋਈ ਸੱਪ ਸੁੱਪ ਨਾ ਨਿਕਲ ਆਏ, ਹੈਂ ਮੈਨੂੰ ਡਰ ਸੱਚੀ ਬੜਾ ਲੱਗਣ ਡਿਆ। ਵਾਹਿਗੁਰੂ ਵਾਹਿਗੁਰੂ ਕਵਲ, ਸਾਰਿਆਂ ਨੇ ਸਾਨੂੰ ਚਕੋਦਰਾ ਹੈ ਤੁਹਾਡਾ? ਹਾਂਜੀ ਆ ਜੀ, ਚਕੋਦਰਾ ਸੰਦੀਪ ਦੀ ਮੰਮੀ ਦੇ ਹੱਥਾਂ ਦਾ ਲੱਗਾ, ਛੋਟਾ ਜਿਹਾ ਸੀ ਜਦੋਂ ਮੰਮੀ ਹੈਗੇ ਸੀ ਤੇ ਉਹਨਾਂ ਨੇ ਲਾਇਆ ਸੀ ਆਪਣੇ ਹੱਥੀ ਬੂਟਾ, ਵਿਹੜੇ ਦੇ ਵਿੱਚ ਲਾਇਆ ਸੀ ਆਪਾਂ, ਤੇ ਇਹਨਾਂ ਨੇ ਨਾ ਹੁਣ ਇਹ ਜਗ੍ਹਾ ਤੇ ਅਸਲ ਦੇ ਵਿੱਚ ਕਰਨਾ ਵਾ ਵੀ ਆਹ ਨਾ ਮਿੱਟੀ ਚੁੱਕ ਦੇਣੀ ਆ ਸਾਰੇ ਘਰ ਦੀ, ਆ ਜੋ ਆਸੇ ਪਾਸੇ ਦਿਖਣ ਡਿਆ ਨਾ ਖਲਾਰਾ, ਤੇ ਮਿੱਟੀ ਦਾ ਢੇਰ ਆ ਇੱਥੇ ਵਾਹਵਾ, ਇਹ ਚੁੱਕ ਦੇਣੀ ਆ ਇੱਥੋਂ, ਤੇ ਜੇ ਤਾਂ ਇਹਨਾਂ ਨੇ ਬੂਟੇ ਨੂੰ ਰੱਖਣਾ ਹੋਇਆ ਤਾਂ ਰੱਖਣਗੇ, ਜੇ ਨਾ ਰੱਖਣਾ ਤਾਂ ਫਿਰ ਇਸ ਬੂਟੇ ਨੂੰ ਕੋਸ਼ਿਸ਼ ਅਸੀਂ ਕਰਨੀ ਆ ਕਿ ਇਹਦਾ ਪਰਾਗਣ ਇੱਥੋਂ ਕਰਕੇ ਇਹਨੂੰ ਬੂਟੇ ਨੂੰ ਪੁੱਟ ਕੇ ਤੇ ਫਿਰ ਦੂਜੀ ਜਗ੍ਹਾ ਤੇ ਲਾਇਆ ਜਾਵੇ। ਨਹੀਂ ਇੱਥੇ ਹੀ ਰਹਿਣ ਦੇਣਾ, ਵੱਡਾ ਹੋ ਗਿਆ ਵਾ, ਇਹਦੇ ਆਲੇ ਦੁਆਲੇ ਮਿੱਟੀ ਚੜਾ ਦੇਣੀ ਆ। ਚਲੋ ਵੇਖਾਂਗੇ ਕੀ ਫਲ ਵਾਲਾ ਬੂਟਾ ਵਾ, ਵੱਢਣਾ ਵੀ ਕਿਉਂ ਆ? ਨਹੀਂ ਵੱਢਣਾ ਕਿਉਂ ਆ, ਮਤਲਬ ਇੱਕ ਕੋਸ਼ਿਸ਼ ਕਰਾਂਗੇ, ਜੇ ਤਾਂ ਵੱਢਣਾ ਪਿਆ ਤੇ ਫਿਰ ਦੂਜੀ ਜਗ੍ਹਾ ਤੇ ਲਾਵਾਂਗੇ। ਵੱਡਾ ਹੋ ਗਿਆ ਨਾ, ਛੋਟਾ ਹੋ ਗਿਆ ਨਾ ਤੇ ਫੇਰ ਹੀ। ਵਿੱਕੀ ਤੂੰ ਇਹਦੇ ਥੱਲੇ ਪਿਆ ਤੇ ਮੈਂ ਉੱਤੋਂ ਵੱਢਦਾ। ਇਹ ਹਰੇ ਹਲੇ ਮੈਂ ਇਹਦੇ ਝੋਨੇ ਦਾ ਬੀਜ ਡਿਆਂ ਕੋਣ ਨਾ, ਵਿਚਾਰੇ ਦੇ ਵਿੱਚ ਪੀੜ ਹੋਊਗੀ। ਕਾਫੀ ਲੱਗੇ ਆ, ਬਹੁਤ ਸਵਾਦ ਵੀ ਹੁੰਦੇ ਆ ਇਹ, ਪਤਾ ਕਿੱਦਾਂ ਦੇ ਹੁੰਦੇ ਆ, ਖੱਟੇ ਖੱਟੇ ਮਿੱਠੇ ਮਿੱਠੇ ਹੁੰਦੇ, ਤੇ ਪਰ ਇਹ ਖਾਣੇ ਬਹੁਤ ਵਧੀਆ ਹੁੰਦੇ ਆ ਸਿਹਤ ਵਾਸਤੇ, ਬੜੇ ਮੋਟੇ ਮੋਟੇ ਹੁੰਦੇ ਆ ਇਹ। ਉਹ ਥੱਲੇ ਡਿੱਗੇ ਵੀ ਪਏ ਆ, ਕਦੋਂ ਚੁੱਕ ਲਿਆਓ, ਚੁੱਕ ਲਓ। ਹਾਏ ਚੱਲੇ ਆਏ ਭਾਈਆ, ਚੱਲ ਭਾਈਆ ਭਾਈਆ ਜਾਂਦਾ ਵੱਡੀ ਸਭ ਕੁਝ। ਆਏ ਆਏ ਜੰਗਲ ਸਫਾਰੀ, ਇਹ ਰਹਿਣ ਦੋ ਛੋਟੇ, ਇਹ ਖਰਾਬ ਹੋਏ ਆ, ਇਹ ਖਰਾਬ ਹੋਣਾ, ਉਹ ਵੱਡਾ ਉਹ ਠੀਕ ਹੋਣਾ ਥੋੜਾ ਜਿਹਾ। ਇੱਥੇ ਸਾਡਾ ਹੁੰਦਾ ਸੀ ਕਵਲ ਵੱਡਾ ਕਮਰਾ ਲੈਂਟਰ ਵਾਲਾ, ਤੇ ਉਹ ਵਿਹੜਾ ਉੱਚਾ ਕੀਤਾ ਸੀ ਕਿ ਮੁੜ ਕੇ ਹਮ ਆਪਕੋ ਦਿਖਾਏਂਗੇ ਜੇ ਚਕੋਦਰਾ। ਚੱਲੇ ਆਹ ਲੈਟ ਮੈਨੂੰ ਥੋੜਾ ਕਰ ਇਹਦਾ ਆਪਰੇਸ਼ਨ। ਨਹੀਂ ਨਹੀਂ ਘਰ ਜਾ ਕੇ ਕਰਾਂਗੇ, ਇਦਾਂ ਘਰ ਜਾ ਕੇ ਨਾਲੇ ਦੂਜੇ ਵੀ ਜਿਹੜੇ ਉਦਣ ਖੜੇ ਨਾ
ਉਹ ਵੀ ਕੱਟਾਂਗੇ ਤੇ ਦੱਸਾਂਗੇ। ਕਾਫੀ ਦਿਨ ਹੋ ਗਏ ਇਸੇ ਗਿਰੇ ਹੋਏ। ਕਿਦਾਂ ਚੌੜੀ ਵਾਲਾ ਕਿਦਾਂ ਲੱਗਦਾ ਹੈ? ਕਾਫੀ ਦਿਨ ਹੋ ਗਏ ਇਸੇ ਗਿਰੇ ਹੋਏ। ਹਮ ਇਸਕਾ ਘਰ ਜਾ ਕੇ ਆਪਰੇਸ਼ਨ ਕਰਾਂਗੇ, ਫਿਰ ਦੇਖਾਂਗੇ ਇਸਕਾ ਟੇਸਟ ਕਿਆ ਆਤਾ ਹੈ। ਯਹਾਂ ਪੇ ਟੇਸਟ ਨਹੀਂ ਕਰਾਂਗੇ, ਕਹੀਂ ਹਮ ਬੇਹੋਸ਼ ਹੀ ਨਾ ਹੋ ਜਾਏ। ਕਵਲ ਜਿਹੜੇ ਉਹ ਫੁੱਲ ਲੱਗੇ ਨਾ ਉਹ ਵੀ ਬੜੇ ਢੀਠ ਆ, ਪਰ ਉਹਨਾਂ ਦੀ ਸਮੈਲ ਬੜੀ ਅੱਤ ਵਾ। ਉਹ ਚਿੱਟੇ ਚਿੱਟੇ ਜਿਹੜੇ ਆ ਪਰ ਕਿਤੇ ਉਹਨਾਂ ਦੀ ਸਮੈਲ ਵਾ ਕਵਲ। ਹਾਂ ਸੁੰਘ ਕੇ ਵੇਖਿਓ। ਅੱਛਾ ਹੂੰ ਦੇਖੋ ਕਿੰਨੇ, ਮੈਂ ਤੈਨੂੰ ਕਹੀ ਨਾ ਇਹ ਬੜੇ ਢੀਠ ਵਾ, ਇਹ ਬੜੇ ਉੱਗਦੇ ਆ। ਆ ਇੱਕ ਬੂਟਾ ਜੇ ਕਿਤੇ ਇੱਕ ਬੂਟਾ ਲਾ ਲਈਏ ਨਾ ਇਹ ਇਹ ਭਾਵੇਂ ਪੁੱਟ ਪੁੱਟ ਛੁੱਟੀ ਜਾਓ ਤਾਂ ਵੀ ਨਹੀਂ ਮੁੱਕਦੇ। ਸਮੈਲ ਕਿੰਨੀ ਵਧੀਆ ਨਾ, ਬਹੁਤ ਸੋਹਣੀ ਹੈ ਨਾ, ਕਿੰਨੀ ਸੋਹਣੀ ਸਮੈਲ ਕਵਲ। ਮੇਰੇ ਹੱਥ 'ਚ ਸੁੱਕਾ ਰਹਿ ਇਹ ਵੇਖ ਲਓ ਚਮਤਕਾਰ। ਹੁਣੇ ਮੈਂ ਤੁਹਾਡੇ ਸਾਹਮਣੇ ਫੜਿਆ ਸੀ ਨਾ ਵਧੀਆ, ਇਹ ਸੁੱਕ ਗਿਆ। ਮਤਲਬ ਤੂੰ ਪਾਪੀ ਆ। ਬਾਕੀ ਬਹੁਤ ਵਧੀਆ ਸਮੈਲ ਆਉਣ ਡੀ ਆ ਇਹਦੀ, ਤੁਸੀਂ ਵੀ ਸਾਰੇ ਜਾਣੇ ਸੁੰਘ ਕੇ ਦੱਸਿਓ ਕਿੱਦਾਂ ਦੀ ਸਮੈਲ ਆਉਂਦੀ। ਆਹ ਗੁੱਛਾ ਦਿਖਾਇਆ ਫੁੱਲਾਂ ਦਾ, ਕਿੱਥੇ ਆ ਪਰ ਨਾ ਪਰ ਕਹਿੰਦੇ ਸਮੈਲ ਵਾਲੇ ਫੁੱਲ ਜਿਹੜੇ ਆ ਨਾ ਘਰ ਨਹੀਂ ਲਾਉਣੇ ਚਾਹੀਦੇ। ਕਿਉਂ? ਚਲੋ ਇੰਨਾ ਸੋਹਣਾ ਇੱਥੇ ਫੁੱਲਾਂ ਦਾ ਹੁੰਦਾ ਸੀ ਨਾ, ਮੇਰੇ ਡੈਡੀ ਨੂੰ ਬੜਾ ਸ਼ੌਂਕ ਹੁੰਦਾ ਸੀ ਕਵਲ, ਜਿੰਨੀ ਵਰਾਇਟੀ ਦੇ ਮੇਰੇ ਡੈਡੀ ਫੁੱਲ ਲਾਉਂਦੇ ਹੁੰਦੇ ਸੀ ਨਾ, ਓਨੀ ਜਿੱਥੇ ਜਾਣਾ ਪਾਠ ਕਰਦੇ ਹੁੰਦੇ ਸੀ, ਜਿਹੜਾ ਫੁੱਲ ਦਾ ਬੂਟਾ ਚੰਗਾ ਲੱਗਣਾ ਉਹੀਓ ਬੀਜ ਘਰ ਲੈ ਆਉਣਾ ਜਾਂ ਕਿਤੇ ਬੂਟਾ ਪੁੱਟ ਕੇ ਲੈ ਆਉਣਾ। ਅਤੇ ਇੰਨੇ ਫੁੱਲ ਵਰਾਇਟੀਆਂ ਦੇ ਲਾਏ ਹੁੰਦੇ ਸੀ ਨਾ, ਗੁਲਾਬ ਦੇ ਫੁੱਲ, ਫਿਰ ਆਹ ਨਿੱਕੇ ਨਿੱਕੇ ਫੁੱਲ ਜਿਹੜੇ ਲੱਗਦੇ ਆ, ਆਹ ਸਭ ਡੈਡੀ ਦੇ ਹੱਥਾਂ ਦੇ ਲੱਗੇ ਜਿਹੜੇ ਹੱਲੇ ਵੀ, ਆਹ ਵੇਲਾਂ ਸਾਰੀਆਂ ਬੜੇ ਹੱਥ ਫੁੱਲ ਲਾਉਂਦੇ ਹੁੰਦੇ ਸੀ ਡੈਡੀ। ਕੋਸ਼ਿਸ਼ ਕਰਾਂਗੇ ਇੱਥੋਂ ਵੀ ਕੁਛ ਨਾ ਕੁਛ ਨਿਕਲ ਸਕੇ ਜਿਹੜਾ ਆਪਣੇ ਨਾਲ ਲਾਵਾਂਗੇ ਘਰ ਉੱਧਰ। ਆਹ ਤੁਹਾਨੂੰ ਮੈਂ ਇੱਥੇ ਇੱਕ ਵੇਲ ਵਿਖਾਉਂਦੀ ਹਾਂ, ਆਹ ਜਿਹੜੀ ਵੇਲ ਆ ਨਾ ਆਹ, ਇਹ ਸਾਡੇ ਗੇਟ ਦੇ ਇੱਦਾਂ ਕਰਕੇ ਜਿੱਦਾਂ ਹੁਣ ਡੈਕੋਰੇਸ਼ਨ ਕਰਦੇ ਆ ਨਾ ਪੈਲਸਾਂ ਦੇ ਵਿੱਚ, ਇੱਦਾਂ ਸਾਡੇ ਗੇਟ ਦੇ ਉੱਤੇ ਐਂ ਇੱਧਰੋਂ ਦੀ ਚੜ੍ਹ ਕੇ ਉੱਤੋਂ ਦੀ ਘੁੰਮ ਕੇ ਡੈਡੀ ਜੀ ਨੇ ਦੋਵੇਂ ਪਾਸੇ ਚੜ੍ਹਾਈ ਦੇ ਗੁੱਛੇ ਲਮਕਦੇ ਹੁੰਦੇ ਸੀ ਫੁੱਲਾਂ ਦੇ, ਅਤੇ ਬੜਾ ਅਸੀਂ ਖੇਡਣਾ ਇਹਨਾਂ ਗੁੱਛਿਆਂ ਦੇ ਨਾਲ। ਉਹ ਉੱਧਰ ਵਾ ਵੇਲ, ਚੜ੍ਹ ਜਾ ਉੱਤੋਂ ਦੀ ਛਾਲ ਮਾਰ ਕੇ। ਨਹੀਂ ਕੋਈ ਨਹੀਂ ਹੁੰਦਾ, ਜੇ ਮੈਂ ਵਿੱਚ ਡਿੱਗ ਗਈ ਤਾਂ ਨਿਕਲਣਾ ਵੀ ਨਹੀਂ, ਅਸੀਂ ਕੱਢ ਲਿਆਵਾਂਗੇ, ਰਹਿਣ ਦਿਓ ਤੁਸੀਂ। ਆਪ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਆਹ ਵੇਖੋ ਆਹ ਵੇਲ ਵਾ, ਉਹ ਆਹ ਵੇਲ ਸਾਰੇ ਖਿਲਰੀ ਆ, ਉਹ ਫੁੱਲ ਜਿਹੜੇ ਪਰਲੇ ਬੰਨੇ ਆ ਹੈ ਨਾ, ਕਿਉਂਕਿ ਇੱਥੇ ਗੇਟ ਤੇ ਹੁੰਦੀ ਸੀ ਨਾ, ਇੱਥੇ ਸਾਡਾ ਗੇਟ ਹੁੰਦਾ ਸੀ, ਇੱਥੇ ਗੇਟ ਤੇ ਵੇਲ ਹੁੰਦੀ ਸੀ ਚੜੀ। ਆਹ ਪਿਆ ਦਾ ਇੱਕ ਫੁੱਲ, ਆਹੋ ਇਹ ਸੁੜਿਆ ਸੁੱਕਾ ਵਾ ਏ, ਉਧਰ ਹੋਣਾ ਵਾ ਗੁੱਛਾ, ਆਹ ਵਿਆ ਸਾਰੀ ਵੇਲ ਹੀ ਆ, ਪਰ ਉਹ ਤੁਸੀਂ ਉੱਥੇ ਵੇਖਣ ਡਏ ਸੀ ਇਹਨਾਂ ਦਾ ਫੁੱਲਾਂ ਦਾ ਗੁੱਛਾ, ਪਰਲੇ ਬੰਨੇ ਆ। ਜੀ ਸਾਰਿਆਂ ਨੂੰ ਹੋਰ ਸੁਣਾਓ, ਕਿਵੇਂ ਠੀਕ ਠਾਕ ਹੋ? ਸਾਰਿਆਂ ਨੇ ਜੀ ਇਹ ਵੀਡੀਓ ਦੇ ਵਿੱਚ ਪੁੱਛਿਆ ਸੀ ਜਿਹੜੀ ਆਪਾਂ ਨਵੀਂ ਸੀਰੀਜ਼ ਸ਼ੁਰੂ ਕੀਤੀ ਆ ਕਿ ਇਹ ਘਰ ਕਿੰਨਾ ਦਾ ਆ, ਸਾਨੂੰ ਦੱਸੋ ਇਹਦੇ ਬਾਰੇ। ਇਹ ਘਰ ਜੀ ਮੇਰੇ ਪੇਕਿਆਂ ਦਾ ਘਰ ਆ, ਮੇਰੇ ਬ੍ਰਦਰ ਦਾ ਘਰ ਆ, ਹਾਲੇ ਤਿਆਰ ਹੋਣ ਵਾਲਾ ਆ, ਅਤੇ ਅਸੀਂ ਆਪਣੀ ਆਰਕੀ ਦੀ ਸੀਰੀਜ਼ ਜਿਹੜੀ ਆ ਵਿੱਕੀ ਨੇ ਅਤੇ ਅਸੀਂ ਇੱਥੇ ਸ਼ੁਰੂ ਕੀਤੀ ਆ। ਇੱਕ ਤਾਂ ਇੱਥੇ ਨਾ ਸ਼ੋਰ ਸ਼ਰਾਬਾ ਘੱਟ ਆ, ਇੱਕ ਸਾਨੂੰ ਘਰ ਦੀ ਲੋੜ ਸੀ, ਜਿੱਦਾਂ ਕਿ ਵੱਖਰੇ ਵੱਖਰੇ ਘਰਾਂ ਦੀ ਲੋੜ ਸੀ, ਤਾਂ ਕਰਕੇ ਅਸੀਂ ਇੱਥੇ ਆਏ ਹਾਂ। ਅਤੇ ਬਾਕੀ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਮੇਰੇ ਸੈਕਿੰਡ ਪੇਕੇ। ਬਸ ਦੋ ਬੈਡਰੂਮ ਆ, ਇੱਕ ਇਹ ਵਾ ਫਰੰਟ ਅਤੇ ਇੱਕ ਇੱਧਰ ਆ, ਅਤੇ ਇੱਕ ਲੋਬੀ ਆ, ਇੱਕ ਡਰਾਇੰਗ ਰੂਮ ਅਤੇ ਇੱਕ ਕਿਚਨ ਆ ਛੋਟੀ ਜਿਹੀ। ਬਸ ਹਾਲੇ ਇੰਨਾ ਕੀ ਆ, ਬਾਕੀ ਹੋਰ ਕੁਛ ਨਹੀਂ ਆ, ਬਸ ਇੱਟਾਂ ਖੜੀਆਂ ਵਾ ਅਤੇ ਤੁਸੀਂ ਵੇਖ ਹੀ ਸਕਦੇ ਹੋ। ਹਾਲੇ ਵਾਹਿਗੁਰੂ ਦੀ ਕਿਰਪਾ ਹੋਏਗੀ ਅਤੇ ਅੱਗੇ ਵੀ ਚਲੋ ਮਹਾਰਾਜ ਫਿਰ ਹੋਰ ਤਿਆਰ ਕਰੇਗਾ ਘਰ ਮੇਰਾ ਬ੍ਰਦਰ। ਅਤੇ ਬਾਕੀ ਸਭ ਤੋਂ ਵੱਧ ਮਜ਼ਾ ਜੀ ਇੱਥੇ ਵੀਡੀਓ ਬਣਾਉਣ ਦਾ, ਤੇ ਅਸੀਂ ਵੀ ਆਖਿਆ ਨਾ ਕਿ ਤੁਸੀਂ ਦੋਵਾਂ ਚੈਨਲਾਂ ਦੇ ਉੱਤੇ ਇੱਕੋ ਘਰ ਵੇਖ ਵੇਖ ਕੇ ਬੋਰ ਹੋ ਜਾਂਦੇ ਜੇ ਹਨਾ, ਤੇ ਕੁਛ ਅਲੱਗ ਕਰੀਏ, ਚੇਂਜ ਕਰੀਏ ਹੈ। ਬਾਕੀ ਇੱਥੇ ਸ਼ੋਰ ਸ਼ਰਾਬਾ ਨਹੀਂ ਹੈਗਾ। ਨਾਲੇ ਆਪਾਂ ਇੱਕ ਮੇਨ ਅਤੇ ਖਾਸ ਗੱਲ ਸਾਂਝੀ ਕਰਨੀ ਸੀ ਤੁਹਾਡੇ ਨਾਲ ਸਾਰਿਆਂ ਨਾਲ, ਕਿ ਜਿਹੜੀ ਆਪਾਂ ਲਾਸਟ ਨਹੀਂ ਮਤਲਬ ਨਵੀਂ ਸੀਰੀਜ਼ ਜਿਹੜੀ ਸ਼ੁਰੂ ਕੀਤੀ ਆ, ਜਿਹੜੀ ਅੱਜ ਪਾਈ ਆ, ਉਹਦੇ ਵਿੱਚ ਕਮੈਂਟ ਦੇ ਵਿੱਚ ਸਾਰਿਆਂ ਨੇ ਬੜਾ ਕਿਹਾ ਆ ਕਿ ਮੇਹਰ ਨੂੰ ਪੱਥਰ ਕਿਉਂ ਕਿਹਾ ਗਿਆ। ਬਾਕੀ ਜੀ ਭੂਆ ਜੀ ਬਹੁਤ ਪਿਆਰ ਕਰਦੇ ਮੇਹਰ ਨੂੰ, ਜਾਨ ਦਿੰਦੇ ਆ, ਸਾਰੇ ਜਾਣੇ ਮੇਹਰ ਨੂੰ ਬਹੁਤ ਪਿਆਰ ਕਰਦੇ ਜਿੱਦਾਂ ਤੁਸੀਂ ਕਰਦੇ ਆ। ਐਕਚੁਅਲੀ ਸੰਦੀਪ ਪਤਾ ਕੀ ਗੱਲ ਵਾ, ਉਹਨਾਂ ਸਾਰਿਆਂ ਨੂੰ ਪਤਾ ਕੀ ਲੱਗਦਾ, ਉਹਨਾਂ ਨੇ ਮੇਹਰ ਨੂੰ ਜਦੋਂ ਹੋਈ ਆ ਉਦੋਂ ਤੋਂ ਲੈ ਕੇ ਤੇ ਆਪਣੇ ਵੇਖਿਆ ਵਾ, ਜਿੱਦਾਂ ਉਹਨਾਂ ਨੂੰ ਲੱਗਦਾ ਕਿ ਜਿੱਦਾਂ ਸਾਡੇ ਹੱਥਾਂ ਦੇ ਵਿੱਚ ਵਾ ਪਲੀ, ਤੇ ਇਸ ਕਰਕੇ ਉਹ ਇਹ ਚੀਜ਼ਾਂ ਜਿਹੜੀਆਂ ਨਾ ਨਹੀਂ ਜਰਦੇ ਹੈ। ਮੈਂ ਕਹਿ ਦਿੰਦੀ ਆ ਕਿ ਉਹ ਹੁਣ ਵੀਡੀਓ ਦਿਖਾ ਆਏ ਆਏ ਤਾਂ ਹੀ ਵਿੱਕੀ ਨਾ ਹਰ ਵੇਲੇ ਕਰਦੀ ਰਹੀ, ਉਹਦੇ ਲੱਗੇ ਜਾ ਕੇ ਲੰਮੇ ਪੈ ਜਾਣਾ। ਇਹ ਦੂਜੀ ਮੰਮੀ ਆ ਜੀ, ਇਹ ਡੇ ਮੰਮੀ ਆ, ਇਹ ਡੇ ਮੰਮੀ ਆ, ਇਹ ਨਾਈਟ ਮੰਮੀ ਆ,
बेटा आपको असल में आपको बनाना खाना नहीं आता, ऐसे खाया जाता है, ये देखो ऐसे आ, 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 आ। पर जिदा तेन पता ही फिर वीडियो दिखा पा माड़ा मोटा जहा तो जे तुम गुस्सा लगता है तो अं गां नहीं कहते ही नहीं गांह दिनों बहुत प्यार करते हैं मेहर न छोटा जा बच्चा हड्डा मेर नाले साडी ते करमा वाली थी करमा वाली और सारे नु इने कारोबार ते लवाया है। हां जी सारे इनु बहुत प्यार करदे आ, करण नु भी असि बहुत प्यार करदे आ। मिन करण दा भी चेता गया, हुन करण दा बर्थडे आउण वाला आ 22 अक्टूबर नु, ते करण नु ही सरप्राइज गिफ्ट देणे आ। ते करण नु भी असि बहुत प्यार करदे आ, करण जड़ा शरारती बहुत ज्यादा आ, बाकी बोलन लगा भी नहीं वेंदा कि मैं केड़ी गल करनी केड़ी नहीं, हले बच्चा आ इसलिए उल्ट पुल्ट बोल जांदा आ। छे महीने इत्थे रह के इन्होंने साडे नाल वीडियो च काम करया करना सारयां दे नाल ही। साडे डैडी हुणां दे भूआ जी दी पोत नो है ना, आ गए भाजी, आ वाह वाह वाह, पता लग गया कि मेरी वीडियो बन दी इधर। ते तुसी सारे जाने बहुत सपोर्ट करे इन्हां नूं, ते दस्सियो फिर इन्हां दा काम किवें दा लगणा है की वीडियो दे विच तुहानूं, ते मेरे हिसाब नाल वीडियो जो दो दिन बाद आउणी है व्लॉग पहलां पै जाणा है। बट नमानवर टीवी का कम कर दस्यो तुम भी किमें काम लगा तुम सारे इन्हों का, तो फिर आप क्योंकि कोशिश होंगी है कि थोड़ी जी चेंजस करिए, तो नाले जोड़ा वा वो वो कारोबार दिता जा सके, कम दिता जा सके, है ना, अपने भैन भरावान जिन्ना हो सके, तो बस यो सोचनी है जी। बाकी ये मेहर तो भी वी आते होंगे शैतान गुप्त, शैतान गुप्त करना मैल करना टॉप सौ फुटन दिया वा, बड़ा सुलखना है भी, बहुत ज्यादा सुलखना है। हाय ओ पता लग गया ओरा गाना, मेहर नु पता लग गया संदीप लड़ाई हो जानी, अरे देखण ओ मेहर ले देखण, मेहर आई हो, आई हो काका चुप लिया, हाय मुंह देख, ओ चल तू इधर आ जा, हाय चल तू डे मम्मी को चल जा, आई मेहर आई, आई मेरा काका आई हो, चल तू मेरे को चुप लिया, अगम ने चुप लिया, हसदा चलो 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 फिर हम चलिए, चलो चलिए, चलो विक्की सिया उठो 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 उठो, चलो 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 जी, बाय जी सारे नु, ते दस्यो जी तुहानू नवे मैंबरां दा कम किवें दा लगा वीडियो दे विच, लैटर टुमारो।